ਇੱਕ ਗੱਡੀ ਨੂੰ ਬਚਾਉਂਦੇ ਹੋਏ ਦੋ ਬੱਸਾਂ ਦਾ ਭਿਆਨਕ ਹਾਦਸਾ ਹੋ ਗਿਆ। ਸਵਾਰੀਆਂ ਦੇ ਨਾਲ ਭਰੀ ਸੀ ਬੱਸ ਸਿੱਧਾ ਸਫੇਦੇ ਦੇ ਵਿੱਚ ਜਾ ਵੱਜਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਤੇ ਕਈ ਸਵਾਰੀਆਂ ਦੇ ਇਸ ਦੇ ਵਿੱਚ ਸੱਟਾਂ ਵੀ ਲੱਗਦੀਆਂ ਨੇ। ਦੱਸ ਦਈਏ ਕਿ ਹਾਦਸਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਦੋ ਬੱਸਾਂ ਆਮੋ ਸਾਹਮਣੇ ਤੋਂ ਆ ਰਹੀਆਂ ਹੁੰਦੀਆਂ ਨੇ ਤਾਂ ਇੱਕ ਬੱਸ ਦੇ ਸਾਹਮਣੇ ਗੱਡੀ ਆ ਜਾਂਦੀ ਹੈ, ਜਿਸ ਕਰਕੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਬੱਸ ਦਾ ਸੰਤੁਲਨ ਵਿਗੜ ਜਾਂਦਾ ਤੇ ਸਾਹਮਣੇ ਤੋਂ ਆ ਰਹੀ ਬੱਸ ਵੀ ਆਪਣਾ ਸੰਤੁਲਨ ਖੋ ਦਿੰਦੀ ਹੈ, ਜਿਸ ਕਰਕੇ ਇੱਕ ਬੱਸ ਸਿੱਧਾ ਸਫੇਦੇ ਦੇ ਵਿੱਚ ਜਾ ਵੱਜਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਵੱਡਾ ਹਾਦਸਾ ਹੋਇਆ ਹੈ, ਪਰ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਤਾਂ ਡਰਾਈਵਰ ਦੀ ਸੂਝ ਬੂਝ ਕਰਕੇ ਕੋਈ ਵੀ ਜਾਨ ਨਹੀਂ ਗਈ ਹੈ, ਪਰ ਬੱਸ ਦਾ ਕਾਫੀ ਭਾਰੀ ਨੁਕਸਾਨ ਹੋ ਗਿਆ। ਤਾਂ ਮੌਕੇ ਤੇ ਕਈ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਸੀ, ਜਿਨ੍ਹਾਂ ਨੂੰ ਕਿ ਫਸਟ ਏਡ ਵੀ ਦਿੱਤੀ ਗਈ ਸੀ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੱਸ ਦੀ ਸਿੱਧਾ ਸਫੇਦੇ ਦੇ ਨਾਲ ਟੱਕਰ ਹੋਈ ਹੈ। ਤਾਂ ਦੱਸ ਦਈਏ ਕਿ ਬੱਸ ਦੇ ਅੱਗੇ ਇੱਕ ਗੱਡੀ ਆਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਵੱਡਾ ਹਾਦਸਾ ਹੋ ਗਿਆ। ਤਾਂ ਦੋ ਬੱਸਾਂ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਈਆਂ ਨੇ, ਤਾਂ ਜਿਸ ਦੇ ਵਿੱਚ ਬੱਸਾਂ ਦਾ ਤਾਂ ਨੁਕਸਾਨ ਹੋ ਗਿਆ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਗੱਡੀ ਨੂੰ ਬਚਾਉਂਦੇ ਹੋਏ ਦੋ ਬੱਸਾਂ ਦਾ ਭਿਆਨਕ ਹਾਦਸਾ ਹੋ ਗਿਆ। ਸਵਾਰੀਆਂ ਦੇ ਨਾਲ ਭਰੀ ਸੀ ਬੱਸ ਸਿੱਧਾ ਸਫੇਦੇ ਦੇ ਵਿੱਚ ਜਾ ਵੱਜਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਤੇ ਕਈ ਸਵਾਰੀਆਂ ਦੇ ਇਸ ਦੇ ਵਿੱਚ ਸੱਟਾਂ ਵੀ ਲੱਗਦੀਆਂ ਨੇ। ਦੱਸ ਦਈਏ ਕਿ ਹਾਦਸਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਦੋ ਬੱਸਾਂ ਆਮੋ ਸਾਹਮਣੇ ਤੋਂ ਆ ਰਹੀਆਂ ਹੁੰਦੀਆਂ ਨੇ ਤਾਂ ਇੱਕ ਬੱਸ ਦੇ ਸਾਹਮਣੇ ਗੱਡੀ ਆ ਜਾਂਦੀ ਹੈ, ਜਿਸ ਕਰਕੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਬੱਸ ਦਾ ਸੰਤੁਲਨ ਵਿਗੜ ਜਾਂਦਾ ਤੇ ਸਾਹਮਣੇ ਤੋਂ ਆ ਰਹੀ ਬੱਸ ਵੀ ਆਪਣਾ ਸੰਤੁਲਨ ਖੋ ਦਿੰਦੀ ਹੈ, ਜਿਸ ਕਰਕੇ ਇੱਕ ਬੱਸ ਸਿੱਧਾ ਸਫੇਦੇ ਦੇ ਵਿੱਚ ਜਾ ਵੱਜਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਵੱਡਾ ਹਾਦਸਾ ਹੋਇਆ, ਪਰ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਡਰਾਈਵਰ ਦੀ ਸੂਝ ਬੂਝ ਕਰਕੇ ਕੋਈ ਵੀ ਜਾਨ ਨਹੀਂ ਗਈ ਹੈ, ਪਰ ਬੱਸ ਦਾ ਕਾਫੀ ਭਾਰੀ ਨੁਕਸਾਨ ਹੋ ਗਿਆ। ਤਾਂ ਮੌਕੇ ਤੇ ਕਈ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਸੀ, ਜਿਨ੍ਹਾਂ ਨੂੰ ਕਿ ਫਸਟ ਏਡ ਵੀ ਦਿੱਤੀ ਗਈ ਸੀ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੱਸ ਦੀ ਸਿੱਧਾ ਸਫੇਦੇ ਦੇ ਨਾਲ ਟੱਕਰ ਹੋਈ ਹੈ। ਤਾਂ ਦੱਸ ਦਈਏ ਕਿ ਬੱਸ ਦੇ ਅੱਗੇ ਇੱਕ ਗੱਡੀ ਆਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਵੱਡਾ ਹਾਦਸਾ ਹੋ ਗਿਆ। ਤਾਂ ਦੋ ਬੱਸਾਂ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਈਆਂ ਨੇ, ਤਾਂ ਜਿਸ ਦੇ ਵਿੱਚ ਬੱਸਾਂ ਦਾ ਤਾਂ ਨੁਕਸਾਨ ਹੋ ਗਿਆ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਗੱਡੀ ਨੂੰ ਬਚਾਉਂਦੇ ਹੋਏ ਦੋ ਬੱਸਾਂ ਦਾ ਭਿਆਨਕ ਹਾਦਸਾ ਹੋ ਗਿਆ। ਸਵਾਰੀਆਂ ਦੇ ਨਾਲ ਭਰੀ ਸੀ ਬੱਸ ਸਿੱਧਾ ਸਫੇਦੇ ਦੇ ਵਿੱਚ ਜਾ ਵੱਜਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਤੇ ਕਈ ਸਵਾਰੀਆਂ ਦੇ ਇਸ ਦੇ ਵਿੱਚ ਸੱਟਾਂ ਵੀ ਲੱਗਦੀਆਂ ਨੇ। ਦੱਸ ਦਈਏ ਕਿ ਹਾਦਸਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਦੋ ਬੱਸਾਂ ਆਮੋ ਸਾਹਮਣੇ ਤੋਂ ਆ ਰਹੀਆਂ ਹੁੰਦੀਆਂ ਨੇ ਤਾਂ ਇੱਕ ਬੱਸ ਦੇ ਸਾਹਮਣੇ ਗੱਡੀ ਆ ਜਾਂਦੀ ਹੈ, ਜਿਸ ਕਰਕੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਬੱਸ ਦਾ ਸੰਤੁਲਨ ਵਿਗੜ ਜਾਂਦਾ ਤੇ ਸਾਹਮਣੇ ਤੋਂ ਆ ਰਹੀ ਬੱਸ ਵੀ ਆਪਣਾ ਸੰਤੁਲਨ ਖੋ ਦਿੰਦੀ ਹੈ, ਜਿਸ ਕਰਕੇ ਇੱਕ ਬੱਸ ਸਿੱਧਾ ਸਫੇਦੇ ਦੇ ਵਿੱਚ ਜਾ ਵੱਜਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਵੱਡਾ ਹਾਦਸਾ ਹੋਇਆ, ਪਰ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਡਰਾਈਵਰ ਦੀ ਸੂਝ ਬੂਝ ਕਰਕੇ ਕੋਈ ਵੀ ਜਾਨ ਨਹੀਂ ਗਈ ਹੈ, ਪਰ ਬੱਸ ਦਾ ਕਾਫੀ ਭਾਰੀ ਨੁਕਸਾਨ ਹੋ ਗਿਆ। ਤਾਂ ਮੌਕੇ ਤੇ ਕਈ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਸੀ, ਜਿਨ੍ਹਾਂ ਨੂੰ ਕਿ ਫਸਟ ਏਡ ਵੀ ਦਿੱਤੀ ਗਈ ਸੀ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੱਸ ਦੀ ਸਿੱਧਾ ਸਫੇਦੇ ਦੇ ਨਾਲ ਟੱਕਰ ਹੋਈ ਹੈ। ਤਾਂ ਦੱਸ ਦਈਏ ਕਿ ਬੱਸ ਦੇ ਅੱਗੇ ਇੱਕ ਗੱਡੀ ਆਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਵੱਡਾ ਹਾਦਸਾ ਹੋ ਗਿਆ। ਤਾਂ ਦੋ ਬੱਸਾਂ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਈਆਂ ਨੇ, ਤਾਂ ਜਿਸ ਦੇ ਵਿੱਚ ਬੱਸਾਂ ਦਾ ਤਾਂ ਨੁਕਸਾਨ ਹੋ ਗਿਆ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ।